ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਮੈਂ ਵੀ ਅੱਜ ਹੁਣੇ ਕੰਮ ਤੋਂ ਆਈ ਸੀਗੀ ਤੇ ਕੰਮ ਤੋਂ ਆ ਕੇ ਮੈਂ ਜੇ ਚਾਹ ਬਣਾਈ ਸੀਗੀ ਚਾਹ ਬਣਾ ਕੇ ਮੈਂ ਸੋਚਿਆ ਚਲੋ ਨਾਲ ਚਾਹ ਪੀ ਲੈਨੇ ਆਣ ਬਣਾ ਲਨੇ ਆ ਬਲੌਗ ਕਿਉਂਕਿ ਬਲੌਗ ਬਣਾ ਕਾਫੀ ਟਾਈਮ ਬਾਅਦ ਬਲੌਗ ਬਣਦਾ ਹੈ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਕਈ ਵਾਰ ਬਲੌਗ ਬਣਾਉਣ ਨੂੰ ਤੇ ਉਹਦੇ ਕਰਕੇ ਫਿਰ ਮੈਨੂੰ ਇਦਾਂ ਹੁੰਦਾ ਕਿ ਇੱਕ ਵੀਕ ਨਿਕਲ ਜਾਂਦਾ ਹੈ ਮੈਂ ਕਿੰਨਾ ਕੁਝ ਸੋਚ ਕੇ ਰੱਖ ਦਿਆਂ ਕਿ ਮੈਂ ਅੱਜ ਬਲੌਗ ਬਣਾਉਂਗੀ ਤੇ ਅੱਜ ਮੈਂ ਦੂਸਰੇ ਦਿਨ ਚੱਲ ਆਨੂੰ ਅਪਲੋਡ ਕਰ ਦੂੰਗੀ ਕਿ ਕਿਉਂਕਿ ਮੈਂ ਕਈ ਵਾਰ ਰਾਤ ਨੂੰ ਸ਼ੂਟ ਕਰਦੀ ਹੁੰਨੀ ਆ ਵਲੌਗ ਤੇ ਉਸ ਤੋਂ ਬਾਅਦ ਫਿਰ ਵੀਡੀਓ ਐਡਿਟ ਕਰਨ ਨੂੰ ਵੀ ਥੋੜਾ ਟਾਈਮ ਲੱਗ ਜਾਂਦਾ ਆ ਤੇ ਕਾਫੀ ਟਾਈਮ ਤਾਂ ਲੱਗਦਾ ਆ ਤੇ ਬਾਅਦ ਵਿੱਚ ਉਹਨੂੰ ਦੇਖਦੇ ਦੇਖਦੇ ਫਿਰ ਰਾਤ ਨੂੰ ਤਾਂ ਮੈਂ ਕਰ ਨਹੀਂ ਸਕਦੇ ਹੈਗੇ ਫਿਰ ਮੈਂ ਦਿਨੇ-ਦਿਨੇ ਕਰਦੀ ਹੁੰਨੀ ਆ ਕਿਉਂਕਿ ਰਾਤ ਨੂੰ ਮੈਨੂੰ ਮੇਰਾ अर्ਲੀ ਸ케ਜੂਲ ਹੁੰਦਾ ਕਿ ਮੈਂ अर्ਲੀ ਸੌਣਾ ਤੇ अर्ਲੀ ਉੱਠਣਾ ਆ ਕਿਉਂਕਿ ਉਠਣਾ ਮੇਰਾ ਟਾਈਮ ਕਾਫੀ ਆ ਮੇਰੀ ਜੌਬ ਹੁੰਦੀ ਆ 7 ਵਜੇ ਸਟਾਰਟ ਆ 7 ਵਜੇ ਸਟਾਰਟ ਕਰਕੇ ਫਿਰ ਮੈਨੂੰ ਪਾਸਤੇ ਜਾਣੀ ਆ ਪਾਸਤੇ ਜਾਣ ਕਰਕੇ ਮੈਨੂੰ ਬਹੁਤ ਛੇਤੀ ਉੱਠਣਾ ਪੈਂਦਾ ਆ ਲਾਈਕ ਅਰਾਊਂਡ 4 ਵਜੇ ਦੇ ਨੇੜੇ ਤੇੜੇ ਜਾਂ 4 ਵਜੇ ਤੋਂ ਬਾਅਦ ਮੈਂ ਉੱਠ ਜਾਨੀ ਆ ਲਾਈਕ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਹੈ ਕਾਫੀ अर्ਲੀ ਹੋ ਜਾਂਦਾ ਆ ਮੈਨੂੰ ਇਹਨਾ ਔਖਾ ਨਹੀਂ ਲੱਗਦਾ ਹੈਗਾ अर्ਲੀ ਉੱਠਣਾ ਕਿਉਂਕਿ ਮੇਰੀ ਆਲਰੇਡੀ ਇੰਡੀਆ ਤੋਂ ਹੀ ਇਦਾਂ ਦੀ ਹੈਬਿਟ ਸੀਗੀ ਕਿ ਮੈਂ ਇੰਡੀਆ ਤੋਂ ਵੀ अर्ਲੀ ਉੱਠਦੀ ਹੁੰਦੀ ਸੀਗੀ ਉੱਥੇ ਵੀ ਮੈਂ 4:30 ਜਾਂ 4:50 ਦੇ ਨੇੜੇ ਤੇੜੇ ਉੱਠ ਜਾਂਦੀ ਹੁੰਦੀ ਸੀਗੀ ਇੱਕ ਮੈਂ ਦੱਸਣਾ ਸੀਗਾ ਤੁਹਾਨੂੰ ਕਿ ਮੈਨੂੰ ਐਕਸਾਈਟਮੈਂਟ ਬੜੀ ਹੁੰਦੀ ਆ ਨਾ ਲਾਈਕ ਜਦੋਂ ਆਪਣੀ ਕਿਤੇ ਬਰਥਡੇ ਹੋਵੇ ਜਾਂ ਕੋਈ ਡੇਟ ਐਦਾਂ ਦੀ ਸਪੈਸ਼ਲ ਡੇਟ ਆਉਂਦੀ ਹੋਵੇ ਕਿ ਜਿਹਦੇ ਵਿੱਚ ਆਪਾਂ ਆਪਾਂ ਕੁਝ ਸਪੈਸ਼ਲ ਕੀਤਾ ਹੁੰਦਾ ਹੈ ਨਾ ਉਹਦੀ ਇੱਕ ਅਲੱਗ ਤੋਂ ਐਕਸਾਈਟਮੈਂਟ ਹੁੰਦੀ ਆ ਮੈਨੂੰ ਮੈਂ ਤਾਂ ਛੋਟੀ ਜਿਹੀ ਕੋਈ ਚੀਜ਼ ਹੋਵੇ ਕੋਈ ਲਾਈਕ ਕਿਸੇ ਦਾ ਬਰਥਡੇ ਹੋਵੇ ਜਾਂ ਫਿਰ ਆ ਚਲੋ ਖੁਦ ਦਾ ਵੀ ਬਰਥਡੇ ਹੁੰਦਾ ਫਿਰ ਵੀ ਅਪਰੋਂ ਬਹੁਤ ਐਕਸਾਈਟਮੈਂਟ ਹੁੰਦਿਆ ਨਾ ਲਾਈਕ ਇਦਾਂ ਦੀ ਐਕਸਾਈਟਮੈਂਟ ਬਹੁਤ ਜ਼ਿਆਦਾ ਆ ਤੇ ਮੇਰੀ ਡੇਟ ਆ ਰਹੀ ਆ ਉਹਦੀ ਐਕਸਾਈਟਮੈਂਟ ਹੈਗੀ ਆ 28 ਨਵੰਬਰ ਹੈਗਾ ਆ ਉਸ ਦਿਨ ਮੈਂ ਕੈਨੇਡਾ ਦੇ ਵਿੱਚ ਆਈ ਸੀ ਉਹ ਡੇਟ ਆ ਸਪੈਸ਼ਲ ਆ ਮੈਨੂੰ ਬੜੀ ਐਕਸਾਈਟਮੈਂਟ ਹੋਈ ਪਈ ਕਿ ਮੈਨੂੰ 4 ਸਾਲ ਹੋ ਚਲੇ ਕੈਨੇਡਾ ਦੇ ਵਿੱਚ ਆਈ ਹੋਈ ਨੂੰ ਚਲੋ ਇਸ ਵਾਰ ਤਾਂ ਬਾਬੇ ਦੀ ਕਿਰਪਾ ਨਾਲ ਮੇਰੀ ਪੀਆਰ ਵੀ ਹੋ ਗਈ ਆ ਤੇ ਮੇਰੇ ਸਾਰੇ ਸੁਪਨੇ ਵੀ ਪੂਰੇ ਹੋ ਗਏ ਆ অলਮੋਸਟ ਇਹ ਥੋੜੇ ਜਿਹੇ ਰਹਿੰਦੇ ਨੇ ਬਾਬਾ ਜੀ ਉਹ ਵੀ ਕਿਤੇ ਨਾ ਜ਼ਰੂਰ ਪੂਰੇ ਕਰਨਗੇ ਬਟ ਇਹ ਲਾਈਕ ਅ ਸਪੈਸ਼ਲ ਡੇਟ ਸਹੀ ਹੈ ਨਾ ਬਹੁਤ ਜ਼ਿਆਦਾ ਮੈਨੂੰ ਮੈਂ ਹਰ ਵਾਰ ਗਿਣਦਿਆਂ ਨੇ ਕਿ ਮੈਨੂੰ ਕਿੰਨਾ ਟਾਈਮ ਹੋ ਗਿਆ ਕਿੰਨੇ ਮਹੀਨੇ ਦਾ ਹੁਣ ਚਲੋ ਗਿਣਨ ਤੇ ਰਹੇ ਕੱਲੇ ਆਪਾਂ ਸਾਲ ਹੀ ਗਿਣ ਸਕਦੇ ਆ ਕਿ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੈਨੇਡਾ ਆਇਆ ਨੂੰ ਇੱਥੇ ਵੈਸੇ ਨਾ ਅ ਅਵਲੇ ਕੁੱਕੀ ਵੀ ਬਹੁਤ ਮਿਲਦੇ ਨੇ ਅਸੀਂ ਸੌਣ ਦੇ ਵਿੱਚ ਖਾਣੇ ਹੁੰਦੇ ਆ ਬਟ ਇਹ ਤੇ 12 ਮਹੀਨੇ ਤੇ 3 ਦਿਨ ਚੱਲਦੇ ਹੀ ਰਹਿੰਦੇ ਨੇ ਕਿਉਂਕਿ ਇਹਨਾਂ ਦੇ ਤੇ ਕੋਈ ਟਾਈਮ ਨਹੀਂ ਹੈਗਾ ਇਹ ਤੇ ਜਦੋਂ ਜੀ ਕਰੋ ਉਦੋਂ ਹੀ ਲੈ ਕੇ ਤੁਸੀਂ ਖਾ ਸਕਦੇ ਹੋ ਇਹਨੇ ਸਟੋਰਾਂ ਦੇ ਵਿੱਚ ਪਏ ਹੁੰਦੇ ਨੇ ਵੈਸੇ ਵੀ ਕੈਨੇਡਾ ਆਉਣ ਦਾ ਹਰ ਇੱਕ ਦਾ ਆਪਣਾ ਲਾਈਕ ਕਹਿ ਸਕਦੇ ਆ ਕਿ ਆਪਣਾ ਮਕਸਦ ਜਿਆ ਹੁੰਦਾ ਹੈ ਮਕਸਦ ਵੀ ਕਿ ਮਜਬੂਰੀਆਂ ਹੀ ਸਾਨੂੰ ਦੂਰ ਕਰਦੀਆਂ ਨੇ ਆਪਣੇ ਘਰ ਦੇਆਂ ਤੋਂ ਲਾਈਕ ਹੁਣ ਅਸੀਂ ਵੀ ਕਿੰਨੇ ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਵਰਕ ਪਰਮਿਟ ਤੇ ਵੀ ਆਉਂਦੇ ਨੇ ਆਪਣਾ ਫਿਊਚਰ ਬਣਾਉਣ ਦੇ ਲਈ ਆਉਂਦੇ ਨੇ ਹਨਾ ਇੱਥੇ ਕਿਉਂਕਿ ਜੇ ਸਾਡੇ ਇੰਡੀਆ ਕੁਝ ਬਣਦਾ ਹੁੰਦਾ ਤਾਂ ਸ਼ਾਇਦ ਆਪਾਂ ਇੱਧਰ ਕਦੇ ਆਹ ਕੰਟਰੀਆਂ ਦੇ ਵਿੱਚ ਆਉਂਦੇ ਨਾ ਹੋਈਏ ਕਿਉਂਕਿ ਸਾਨੂੰ ਇੱਥੇ ਆਪਣੀ ਮਿਹਨਤ ਮਿਲ ਜਾਂਦੀ ਆ ਇਹ ਸਭ ਤੋਂ ਵੱਡਾ ਬੈਨੀਫਿਟ ਆ ਕਿ ਸਾਨੂੰ ਇੱਥੇ ਮਿਹਨਤ ਮਿਲਦੀ ਆ ਤੇ ਸਾਡਾ ਆਉਣ ਨੂੰ ਜੀ ਕਰਦਾ ਇੱਕ ਤਾਂ ਇੰਡੀਆ ਦੇ ਡਬਲ ਪੇ ਬਣਦੇ ਨੇ ਇਹ ਸਭ ਤੋਂ ਵੱਡਾ ਬੈਨੀਫਿਟ ਆ ਕਿਉਂਕਿ ਇੰਡੀਆ ਜਿੰਨੀ ਅਸੀਂ ਜੌਬ ਕਰਦੇ ਆ ਉਥੋਂ ਸਾਨੂੰ ਉਹਨਾਂ ਕੁਝ ਬਚਦਾ ਨਹੀਂ ਹੈਗਾ ਜਿੰਨਾ ਸਾਨੂੰ ਇਧਰੋਂ ਵਧੀਆ ਬਣ ਜਾਂਦਾ ਆ ਬਚਦਾ ਤਾਂ ਜਾਣੀ ਇਧਰ ਵੀ ਨਹੀਂ ਹੈਗਾ ਲਾਈਕ ਸਾਡੇ ਖਰਚੇ ਹੀ ਇਧਰ ਇੰਨੇ ਹੁੰਦੇ ਨੇ ਕਿ ਇੱਕ ਸਿੰਗਲ ਬੰਦਾ ਆ ਵੀ ਆਪਣੇ ਖਰਚੇ ਕੱਢ ਕੇ ਦੇਖੇ ਤਾਂ ਜੇ ਇਹਦੇ ਕੋਲ ਗੱਡੀ ਆ ਤਾਂ ਹਜ਼ਾਰ ਤੋਂ ਮਨ ਉੱਪਰ ਹੀ ਖਰਚਾ ਆਉਂਦਾ ਹਜ਼ਾਰ ਡਾਲਰ ਤੋਂ ਵੀ 50000 ਦਾ ਤਾਂ ਮਹੀਨੇ ਦਾ ਖਰਚਾ ਆ ਜਾਂਦਾ ਬਟ ਫਿਰ ਵੀ ਬਹੁਤ ਸੋਚ ਸਮਝ ਕੇ ਇਹ ਕਹਿੰਦੇ ਚੱਲਣਾ ਪੈਂਦਾ ਹੈ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਨੇ ਤਾਂ ਆਪਣੀਆਂ ਵਿਚਾਰਿਆਂ ਨੇ ਫੀਸਾਂ ਵੀ ਕੱਢਣੀਆਂ ਨੇ ਹਨਾ ਬਹੁਤ ਕੁਝ ਕਰਨਾ ਪੈਂਦਾ ਆ ਲਾਈਕ ਇੱਥੇ ਆ ਜਿਹੜੀ ਕੈਨੇਡਾ ਦੀ ਜ਼ਿੰਦਗੀ ਆ ਨਾ ਬਹੁਤ ਕੁਝ ਸਿਖਾ ਦਿੰਦੀ ਆ ਬੰਦੇ ਨੂੰ ਕਿੱਦਾਂ ਬੰਦੇ ਨੇ ਰਹਿਣਾ ਸਹਿਣਾ ਖਾਣਾ ਪੀਣਾ ਉੱਠਣਾ ਬੈਠਣਾ ਲਾਈਕ ਆਪਾਂ ਇੰਡੀਆ ਪਿੰਡ ਨੂੰ ਪਿੰਡੂ ਟਾਈਪ ਆਪਾਂ ਨੂੰ ਇੰਨਾ ਵੱਲਸ਼ਲ ਹੁੰਦਾ ਨਹੀਂ ਵੈਸੇ ਕੁੜੀਆਂ ਨੂੰ ਬਹੁਤ ਹੁੰਦਾ ਆ ਕਿ ਇਦਾਂ ਨਹੀਂ ਕਰਨਾ ਇਦਾਂ ਨਹੀਂ ਕਰਨਾ ਬਟ ਮੈਂ ਬਹੁਤ ਸਿੰਪਲ ਆ ਲਾਈਕਮ ਇਸ ਸਿੰਪਲ ਫੈਮਿਲੀ ਦੇ ਵਿੱਚੋਂ ਮੈਨੂੰ ਅਜੇ ਵੀ ਲਾਈਕ ਬਹੁਤ ਨਹੀਂ ਕਹਿ ਸਕਦੇ ਹੈਗੇ ਥੋੜਾ ਬਹੁਤ ਤਾਂ ਫਰਕ ਪੈਂਦਾ ਹੈ ਮੈਨੂੰ ਫਰਕ ਪਿਆ ਹੈ ਕੈਨੇਡਾ ਦੇ ਵਿੱਚ ਆ ਕੇ ਇੰਡੀਆ ਤਾਂ ਮੈਂ ਫਿਰ ਵੀ ਬਹੁਤ ਜ਼ਿਆਦਾ ਸਿੰਪਲ ਹੁੰਦੀ ਸੀਗੀ ਬਿਲਕੁਲ ਹੀ ਸਿੰਪਲ ਬਟ ਇੱਥੇ ਆ ਕੇ ਕੈਨੇਡਾ ਦੇ ਵਿੱਚ ਕਈ ਤਾਂ ਕਹਿੰਦੇ ਨੇ ਕੈਨੇਡਾ ਦੀ ਹਵਾ ਲੱਗ ਗਈ ਹੈ ਬਟ ਕੈਨੇਡਾ ਦੀ ਹਵਾ ਨਹੀਂ ਲੱਗਦੀ ਹੈਗੀ ਕਿਉਂਕਿ ਟਾਈਮ ਦੇ ਅਕੋਰਡਿੰਗਲੀ ਬੰਦੇ ਨੂੰ ਚੇਂਜ ਹੋਣਾ ਹੀ ਪੈਂਦਾ ਹੈ ਜੇ ਹੁਣ ਆਪਾਂ ਪਹਿਲਾਂ ਅੱਜ ਤੋਂ 6 ਸਾਲ ਪਹਿਲਾਂ ਇਦਾਂ ਦੇ ਸੀਗੇ 4 ਸਾਲ ਪਹਿਲਾਂ ਚਲੋ ਮੇਰੇ ਹੀ ਮਨੋਂ ਮੈਂ 4 ਸਾਲ ਪਹਿਲਾਂ ਬਿਲਕੁਲ ਸਿੰਪਲ ਸੀਗੀ ਤੇ ਅੱਜ ਵੀ ਮੈਂ ਉਸੇ ਤਰ੍ਹਾਂ ਰਮਾਂ ਤੇ ਮੈਂ ਪੰਜਾਬ ਦੀ ਤਰ੍ਹਾਂ ਰਮਾਂ ਜਿਵੇਂ ਵਾ ਪੰਜਾਬ ਦੇ ਵਿੱਚ ਰਹਿੰਦੀ ਸੀਗੀ ਤੇ ਮੈਂ ਕੈਨੇਡਾ ਦੇ ਮਾਹੌਲ ਵਾਂਗੂ ਨਾ ਰਮਾਂ ਬਟ ਮੈਂ ਫਿਰ ਵੀ ਬਹੁਤ ਅਜੇ ਇੱਥੇ ਵੀ ਬਹੁਤ ਸਿੰਪਲ ਹਾਂ ਮੈਂ ਕਿਉਂਕਿ ਮੈਂ ਬਾੜ ਵਗੈਰਾ ਰੰਗਾਈ ਨਹੀਂ ਹੈਗੇ ਨਾ ਹੀ ਮੈਨੂੰ ਕੋਈ ਸ਼ੌਂਕ ਹੈ ਚੰਗਾ ਪਰ ਮੈਨੂੰ ਡਰ ਲੱਗਦਾ ਹੈ ਕਿ ਮੇਰੇ ਵਾਲਾ ਵਾਲ ਨਾ ਖਰਾਬ ਹੋ ਜਾਣ। ਫਲਕ ਕੁੜੀਆਂ ਤੇ ਇੱਕ ਬਹੁਤ ਫੈਸ਼ਨ ਕਰਦੀਆਂ ਨੇ ਬਟ ਥੋੜਾ ਬਹੁਤਾ ਤਾਂ ਬੰਦੇ ਨੂੰ ਚੇਂਜ ਹੋਣਾ ਚਾਹੀਦਾ। ਮੈਂ ਥੋੜੀ ਚੇਂਜ ਹੋਈ ਆ। ਮੈਂ ਆਪਣੇ ਆਪ ਨੂੰ ਜ਼ਿਆਦਾ ਚੇਂਜ ਨਹੀਂ ਕੀਤਾ ਹੈਗਾ ਮੈਨੂੰ ਮੈਨੂੰ ਇਦਾਂ ਐ ਸਿੰਪਲੀਸਿਟੀ ਜਿੰਨੀ ਜ਼ਿਆਦਾ ਰਹਿੰਦੀ ਹੈ ਨਾ ਉਨੀ ਜ਼ਿਆਦਾ ਵਧੀਆ ਆ ਕਿਉਂਕਿ ਸਿੰਪਲੀਸਿਟੀ ਵਰਗਾ ਕੋਈ ਨਹੀਂ ਹੈਗਾ ਮੇਕਅਪ ਕਰਨ ਨਾਲ ਤਾਂ ਸਾਰੇ ਸੋਹਣੇ ਲੱਗਦੇ ਆ ਸੋਹਣੇ ਸੂਟ ਪਾਉਣ ਨਾਲ ਸਾਰੇ ਸੋਹਣੇ ਲੱਗਦੇ ਆ ਬਸ ਬਹੁਤ ਹੁੰਦਾ ਆ ਜਿੱਦਾਂ ਵੀ ਜਿੱਦਾਂ ਦਾ ਵੀ ਇਨਸਾਨ ਹੁੰਦਾ ਨਾ ਸਿੰਪਲ ਰਹੇ ਕਿਉਂਕਿ ਰੱਬ ਨੇ ਆਪ ਨੂੰ ਭੇਜਿਆ ਹੀ ਉਸੇ ਤਰ੍ਹਾਂ ਹੋਇਆ ਆ ਚਲੋ ਚਲੋ ਗੱਲ ਕਰੀਏ ਫਿਰ ਕੈਨੇਡਾ ਦੀ ਕੈਨੇਡਾ ਦੇ ਵਿੱਚ ਜਿਹੜੇ ਮੇਰੇ 4 ਸਾਲ ਲੰਘੇ ਨੇ ਬਹੁਤ ਵਧੀਆ ਲੰਘੇ ਨੇ ਲਾਈਕ ਇੱਥੇ ਮੈਂ ਆਪਣੀ ਫੈਮਿਲੀ ਦੇ ਵਿੱਚ ਆਈਆਂ ਮੈਨੂੰ ਇਨਾ ਔਖਾ ਨਹੀਂ ਲੱਗਿਆ ਸੀਗਾ ਨਹੀਂ ਤਾਂ ਸਟੂਡੈਂਟ ਆਉਂਦੇ ਨੇ ਇਕੱਲੇ ਆਉਂਦੇ ਨੇ ਉਹਨਾਂ ਨੂੰ ਤੇ ਇਕੱਲੇ ਆਉਣ ਕਰਕੇ ਇਹਨਾਂ ਨੇ ਫਿਰ ਸਾਰਾ ਕੁਝ ਬਾਹਰ ਇੱਧਰ ਉੱਧਰ ਵੀ ਦੇਖਣਾ ਆ ਰਹਿਣ ਸਹਿਣ ਦਾ ਵੀ ਦੇਖਣਾ ਆ ਗਰੋਸਰੀ ਦਾ ਵੀ ਦੇਖਣਾ ਆ ਹਨਾ ਕਾਫੀ ਕੁਝ ਕਰਨਾ ਪੈਂਦਾ ਹੈ ਮੈਂ ਆਪਣੇ ਇੱਧਰ ਭੂਆ ਜੀ ਉਹਨਾਂ ਕੋਲ ਆਈ ਸੀਗੀ ਤੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਐਕਚੁਅਲੀ ਮੈਂ ਵਰਕ ਪਰਮਿਟ ਤੇ ਆਈ ਸੀਗੀ ਤੇ ਉਹਨਾਂ ਨੇ ਸਭ ਕੁਝ ਕੀਤਾ ਸੀ ਕਿ ਉਹਦੇ ਕਰਕੇ ਮੇਰੀ ਲਾਈਫ ਲਾਈਕ ਇੱਧਰ ਹਾਰਡ ਨਹੀਂ ਹੋਈਗੀ ਤੇ ਕਿਉਂਕਿ ਆਪਾਂ ਜਦੋਂ ਬਾਹਰ ਰਹਨੇ ਆ ਬਾਹਰ ਫਿਰਦੇ ਆ ਨਾ ਬਾਹਰ ਸਭ ਕੁਝ ਬਾਹਰ ਹੀ ਕਰ ਕਰਦੇ ਕੱਲਾ ਜਦੋਂ ਬੰਦਾ ਕੱਲਾ ਆਉਂਦਾ ਆ ਕੋਈ ਵੀ ਚਾਹੇ ਸਟੂਡੈਂਟ ਆ ਚਾਹੇ ਸਟੂਡੈਂਟ ਆ ਚਾਹੇ ਕੋਈ ਵੀ ਆ ਇਹ ਕੱਲੇ ਇਨਸਾਨ ਦੀ ਜ਼ਿੰਦਗੀ ਬਹੁਤ ਹਾਰਡ ਹੁੰਦੀ ਆ ਮੈਨੂੰ ਬਹੁਤ ਲੱਗ ਮੇਰੀ ਜ਼ਿੰਦਗੀ ਕੈਨੇਡਾ ਦੇ ਵਿੱਚ ਬਹੁਤ ਵਧੀਆ ਲੰਗੀ ਆ ਮੇਰਾ ਬਾਪੂ ਜੀ ਉਹਨਾਂ ਨੇ ਵੀਰ ਜੀ ਉਹਨਾਂ ਨੇ ਭੂਜੇ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਇੱਥੇ ਮੈਨੂੰ ਹਾਰਡ ਨਹੀਂ ਦੇਖਣੀ ਪਈ ਹੈਗੀ ਲਾਈਫ ਹਾਰਡ ਸਿਰਫ ਮੈਨੂੰ ਸੀਗਾ ਜਦੋਂ ਮੇਰਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਵਰਕ ਪਰਮਿਟ ਲੈਣਾ ਸੀ ਨਵਾਂ ਤੇ ਉਸ ਤੋਂ ਬਾਅਦ ਮੇਰਾ ਪੀਆਰ ਦਾ ਕੋਈ ਚਾਂਸ ਨਹੀਂ ਸੀ ਨਿਕਲਦਾ ਕਿ ਮੈਂ ਪੀਆਰ ਕਿਵੇਂ ਹੋऊंगी ਬਟ ਮੈਨੂੰ ਬਾਬਾ ਜੀ ਨੇ ਪੀਆਰ ਕਰਤਾ ਸੀਗਾ ਇਸ ਸਾਲ ਤੇ ਡਬਲ ਖੁਸ਼ੀ ਹੋ ਗਈ ਬਟ ਇਸ ਸਾਲ ਕਰੋਨਾ ਆ ਗਿਆ ਤਾਂ ਇਸ ਸਾਲ ਮੈਂ ਸੋਚਿਆ ਸੀ ਕਿ ਮੈਂ ਆਪਣੇ ਪਿੰਡ ਚ ੜੜ ਜਾ ਕੇ ਆਉਂਗੀ ਬਟ ਕਰੋਨੇ ਕਰਕੇ ਫਿਰ ਮੈਂ ਹੁਣ ਰਿਸਕ ਨਹੀਂ ਸੀ ਲੈਣਾ ਤੇ ਕੁਝ ਮੈਂ ਆਊਟ ਆਫ ਦਾ ਕੰਟਰੀ ਜਾ ਨਹੀਂ ਸਕਦੀ ਕਈ ਤਾਂ ਸਟੂਡੈਂਟ ਪੀਆਰ ਹੁੰਦੇ ਨੇ ਤੇ ਉਹ ਰਾਈਟ ਵੇ ਇੰਡੀਆ ਚਲੇ ਜਾਂਦੇ ਨੇ ਬਟ ਮੇਰਾ ਕੇਸ ਹੋਰ ਸੀਗਾ ਤੇ ਮੈਂ ਆਪਣੀ ਕੰਟਰੀ ਕੈਨੇਡਾ ਛੱਡ ਨਹੀਂ ਸੀ ਸਕਦੀ 6 ਮਹੀਨੇ ਦੇ ਲਈ ਬਾਕੀ ਹਰ ਇੱਕ ਦੀ ਫਾਈਲ ਦੀ ਅਲੱਗ-ਅਲੱਗ ਲਿਮਿਟੇਸ਼ਨਸ ਹੁੰਦੀਆਂ ਨੇ ਕਿ ਉਹ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਕਿੰਨਾ ਟਾਈਮ ਜਾ ਸਕਦੇ ਹੋ ਇੰਡੀਆ ਕਿੰਨੇ ਟਾਈਮ ਬਾਅਦ ਨਹੀਂ ਜਾ ਸਕਦੇ ਹੈ ਕਿ ਮੇਰੇ ਵੀ ਸੇਮ ਇਦਾਂ ਦੀ ਸੀ ਕਿ ਬਟ ਫਿਰ ਵੀ ਮੇਰਾ ਕੈਨੇਡਾ ਦੇ ਵਿੱਚ ਬਹੁਤ ਵਧੀਆ ਟਾਈਮ ਨਿਕਲਿਆ ਆ ਜੇ ਅਜੇ ਵੀ ਜਿਹੜਾ ਨਿਕਲਦਾ ਆ ਬਹੁਤ ਵਧੀਆ ਨਿਕਲਦਾ ਆ ਕਿਉਂਕਿ ਮੁਸ਼ਕਲਾਂ ਤਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਜੇ ਮੁਸ਼ਕਲਾਂ ਨਹੀਂ ਆਉਣਗੀਆਂ ਸ਼ਾਇਦ ਆਪਾਂ ਕਦੇ ਕੁਝ ਸਿੱਖਾਂਗੇ ਵੀ ਨਹੀਂ ਕਿਉਂਕਿ ਇਹੇ ਮੁਸ਼ਕਲਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਸਿਖਾਉਂਦੀਆਂ ਨੇ ਕਿ ਹਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਸਕਦੇ ਹੋ ਬਹੁਤ ਵਧੀਆ ਆ ਬਾਕੀ ਇੱਥਤੀ ਲਾਈਫ ਲਾਈਕ ਇੱਥਾਂ ਦੀ ਜਿਹੜੀ ਲਾਈਫ ਆ ਬਹੁਤ ਵਧੀਆ ਸੈਟ ਆ ਹਾਰਡਵਰਕ ਸਾਰਿਆਂ ਨੂੰ ਕਰਨਾ ਪੈਂਦਾ ਆ ਹਾਰਡਵਰਕ ਪਹਿਲੇ 6-7 ਸਾਲ ਜਾਂ 10 ਸਾਲ ਇੱਕ ਇਧਰ ਲੀਆਂ ਕੰਟਰੀਆਂ ਦੇ ਵਿੱਚ ਰਹਿਣ ਦਾ ਸਭ ਤੋਂ ਵੱਡਾ ਨੁਕਸਾਨ ਆ ਕਿ ਇਨਸਾਨ ਇਕੱਲਾ ਰਹਿ ਜਾਂਦਾ ਆ ਬੇਸ਼ੱਕ ਆਪਣੀ ਫੈਮਿਲੀ ਦੇ ਵਿੱਚ ਵੀ ਹੁੰਦਾ ਆ ਬਟ ਕਈ ਵਾਰ ਤਾਂ ਇਦਾਂ ਸਿਚੁਏਸ਼ਨ ਹੁੰਦੀ ਆ ਕਿ ਆਪਣਾ ਕਿਸੇ ਨੂੰ ਦੁੱਖ ਵੀ ਨਹੀਂ ਦੱਸ ਸਕਦੇ ਕਿ ਸਾਡੇ ਅੰਦਰ ਕੀ ਦੁੱਖ ਹੈਗਾ ਕਿ ਨਹੀਂ ਹੈਗਾ ਕਿਉਂਕਿ ਇਧਰ ਮੋਸਟਲੀ ਫਰੈਂਡ ਸਰਕਲ ਜਿਹੜਾ ਆ ਕਈਆਂ ਤਾਂ ਤਾਂ ਬਹੁਤ ਜ਼ਿਆਦਾ ਹੁੰਦਾ ਲਾਈਕ ਮੇਰਾ ਇਧਰ ਬਹੁਤ ਜ਼ਿਆਦਾ ਘਟਾ ਆ ਮੇਰਾ ਸਿਰਫ ਕੰਮ ਤੱਕ ਕੰਮ ਤੋਂ ਘਰੇ ਆ ਉਸ ਤੋਂ ਬਾਅਦ ਕਿਤੇ ਹੋਰ ਹੈ ਨਹੀਂ ਕਿਉਂਕਿ ਜਿਹੜੇ ਕਾਲਜ ਦੇ ਵਿੱਚ ਹੁੰਦੇ ਨੇ ਜਾਂ ਫਿਰ ਮੁੰਡਿਆਂ ਦੇ ਤਾਂ ਵੈਸੇ ਬਈ ਜ਼ਿਆਦਾ ਫਰੈਂਡਸ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਹੈ ਨਹੀਂ ਕਿ ਕੁੜੀਆਂ ਦੀ ਥੋੜੀ ਪ੍ਰੋਬਲਮ ਹੁੰਦੀ ਆ ਕਿਉਂਕਿ ਕੁੜੀਆਂ ਕੁੜੀਆਂ ਦੇ ਵਿੱਚ ਮਿਕਸ ਬਹੁਤ ਜ਼ਿਆਦਾ ਘੱਟ ਹੁੰਦੀਆਂ ਨੇ ਤੇ ਜੇ ਉਹ ਕਿਸੇ ਨੂੰ ਗੱਲ ਦੱਸਦੇ ਆ ਵੀ ਨੇ ਤਾਂ ਇਧਰ ਇਦਾਂ ਇਦਾਂ ਹੁੰਦਾ ਕੁੜੀਆਂ ਦੇ ਆਤੇ ਤੇ ਕਿ ਇੱਕ ਕਲ ਸੁਣ ਕੇ ਤੇ ਦੂਜੇ ਦੇ ਕੋਲ ਜਰੀ ਕਰ ਦੇਣੀ ਆ ਸਭ ਤੋਂ ਵੱਡਾ ਨੁਕਸਾਨ ਇਹ ਗੱਲ ਦਾ ਆ ਇੱਧਰ ਇੱਧਰ ਵੀ ਇਹਦੇ ਇੰਡੀਆ ਵੀ ਆ ਬਟ ਜਿਹੜੀਆਂ ਇੰਡੀਆ ਫਰੈਂਡਸ ਸੀਗੀਆਂ ਜਿਹੜੇ ਬਚਪਨ ਦੇ ਤੋਂ ਵੀ ਅਜੇ ਤੱਕ ਨਾਲ ਨੇ ਅਜੇ ਵੀ ਗੱਲ ਕਰਦੀਆਂ ਨੇ ਤੇ ਕਾਲਜ ਦੇ ਵਿੱਚ ਵੀ ਮਿਲੀਆਂ ਨੇ ਲਾਈਕ ਉਹਨਾਂ ਵਰਗੀਆਂ ਫਰੈਂਡਾਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਮੈਂ ਕਦੇ ਨਹੀਂ ਦੇਖਿਆ ਮੈਂ 25 ਸਾਲ ਇੰਡੀਆ ਵੀ ਕੱਢ ਲਏ ਤੇ ਇੱਥੇ ਵੀ ਆ ਗਈ 4 ਸਾਲ ਹਨਾ ਮੈਂ ਉਹ ਜਿਹੇ ਫਰੈਂਡਸ ਅੱਜ ਤੱਕ ਬਿਲਕੁਲ ਨਹੀਂ ਦੇਖਿਆ ਹੈਗਾ ਨਾ ਹੀ ਮੇ ਵੀ ਕਦੇ ਉਹ ਜਿਹੇ ਮਿਲਣੀਆਂ ਨੇ ਕਿਉਂਕਿ ਮੈਂ ਇੱਥੇ ਬਹੁਤ ਲੋਕ ਲਾਈਕ ਲੋਕਾਂ ਦੀ ਮੈਂ ਬਹੁਤ ਯਕੀਨ ਕਰਦੀ ਹੁੰਦੀ ਸੀਗੀ ਕਿ ਜਦੋਂ ਕਹਿੰਦੇ ਬੰਦਾ ਸਭ ਤੋਂ ਵੱਧ ਹਰੇਕ ਤੇ ਯਕੀਨ ਕਰ ਲਾਂਗੇ ਜਾਂਦਾ ਨਾ ਦੇ ਜਦੋਂ ਉਹ ਟੁੱਟਣ ਲੱਗ ਜਾਂਦਾ ਟੁੱਟ ਜਾਂਦਾ ਯਕੀਨ ਤਾਂ ਫਿਰ ਉਹ ਜ਼ਿੰਦਗੀ ਦੇ ਵਿੱਚ ਸੰਭਲਦਾ ਆ ਤੇ ਸੁਧਰਦਾ ਆ ਸੇਮ ਸਿਚੁਏਸ਼ਨ ਐ ਦੰਦੀ ਹੋਈ ਆ ਇਧਰਲੇ ਲੋਕਾਂ ਨੇ ਮੈਨੂੰ ਬਹੁਤ ਸਭ ਕੁਝ ਸਿਖਾਏ ਨੇ ਕਿਉਂਕਿ ਇੱਕ ਇੱਕ ਹੁੰਦਾ ਬੱਚਾ ਭੋਲਾ ਭਾਲਾ ਹੁੰਦਾ ਆ ਕਿ ਉਹ ਹਰੇਕ ਤੇ ਯਕੀਨ ਕਰ ਲੈਂਦਾ ਸੇਮ ਇਦਾਂ ਦਾ ਸੀਗਾ ਕਿ ਮੈਂ ਹਰੇਕ ਤੇ ਯਕੀਨ ਕਰ ਲੈਂਦੀ ਸੀ ਸਭ ਤੋਂ ਵੱਡੀ ਮੇਰੀ ਗਲਤੀ ਸੀਗੀ ਜ਼ਿੰਦਗੀ ਦੀ ਕਿਉਂਕਿ ਆਪਾਂ ਕਿਸੇ ਨੂੰ ਸ਼ੋਅ ਨਹੀਂ ਕਰ ਸਕਦੇ ਆਪਾਂ ਇਦਾਂ ਨਹੀਂ ਹੁੰਨੇ ਆ ਕਿ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਹੈ ਕਿ ਬਟ ਕੋਈ ਤੁਹਾਡੇ ਬਾਰੇ ਨਹੀਂ ਸੋਚਦਾ ਹੈਗਾ ਕਿ ਤੁਸੀਂ ਉਹ ਤੁਹਾਡਾ ਦਿਲ ਦਿਖਾ ਰਿਹਾ ਆ ਕਿ ਨਹੀਂ ਦਿਖਾ ਰਿਹਾ ਆ ਤੁਸੀਂ ਕਿਸੇ ਬਾਰੇ ਸੋਚਦੇ ਪਰ ਕੋਈ ਤੁਹਾਡੇ ਬਾਰੇ ਇੱਧਰ ਨਹੀਂ ਸੋਚਦਾ ਇੱਧਰ ਹਰ ਇੱਕ ਇਨਸਾਨ ਨੂੰ ਤੁਹਾਡੇ ਨਾਲ ਸਿਰਫ ਮਤਲਬ ਆ ਮਤਲਬ ਤੋਂ ਵੱਧ ਕੁਝ ਨਹੀਂ ਹੈਗਾ ਇੱਧਰਲੀ ਜ਼ਿੰਦਗੀ ਨੇ ਜਿਹੜਾ ਮੈਨੂੰ ਸਿਖਾਇਆ ਆ ਕੰਮ ਮੈਂ ਇੰਡੀਆ ਵੀ ਕੀਤਾ ਆ ਬਟ ਇੰਡੀਆ ਦੇ ਕੰਮ ਨਾਲੋਂ ਇੱਥੇ ਦਾ ਕੰਮ ਵੀ ਬਹੁਤ ਜ਼ਿਆਦਾ ਡਿਫਰੈਂਟ ਆ ਉੱਥੇ ਬਾਹਰਲੇ ਲੋਕਾਂ ਨਾਲ ਇੰਨਾ ਮਿਕਸ ਨਹੀਂ ਹੁੰਦੇ ਇੱਥੇ ਜਦੋਂ ਇੱਕ ਕੰਪਨੀ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਇੱਕ ਟੀਮ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਉਦੋਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਇੱਕ ਤਾਂ ਜਿਆਦਾ ਤੁਹਾਡੀ ਯੂਨਿਟੀ ਬਣਦੀ ਆ ਤੁਸੀਂ ਮਿਕਸ ਅੱਪ ਸਭ ਦੇ ਵਿੱਚ ਹੁੰਨੇ ਆ ਸਭ ਨੂੰ ਹਸਾਉਣੇ ਹੋ ਸਭ ਨਾਲ ਮਿਕਸ ਹੋ ਕੇ ਰਹਿਣੇ ਹੋ ਮੇਰੀ ਥੋੜੀ ਆਦਤ ਹੁੰਦੀ ਆ ਕਿ ਮੈਂ ਸਭ ਨੂੰ ਬੁਲਾਉਣੀ ਆ ਹਰ ਇੱਕ ਨੂੰ ਦੇਖ ਮੇਰੇ ਮਿਕਸ ਹੋਣ ਦਾ ਸਭ ਤੋਂ ਇਹਦਾ ਕਿ ਖੁਦ ਵੀ ਖੁਸ਼ ਰਹੋ ਤੇ ਹੋਰਾਂ ਨੂੰ ਵੀ ਖੁਸ਼ ਰੱਖੋ ਹੈ ਨਾ ਕਿ ਕਈ ਸਿਚੁਏਸ਼ਨ ਐਦਾਂ ਦੀ ਹੁੰਦੀ ਆ ਕਿ ਤੁਸੀਂ ਨਹੀਂ ਇੰਨਾ ਕਰ ਸਕਦੇ ਹੈਗੇ ਬਟ ਜਿੰਨਾ ਕੋ ਹੁੰਦਾ ਹੈ ਕਾ ਉਹ ਟਰਾਈ ਕਰਨਾ ਚਾਹੀਦਾ ਹੈ ਕਿ ਇਧਰ ਲਿਆ ਕੰਟਰੀਆਂ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਖੁਸ਼ੀ ਰੱਖੀਏ ਕਿਸੇ ਨੂੰ ਖੁਸ਼ ਕਰਨਾ ਅਸੀਂ ਨਹੀਂ ਕਰ ਸਕਦੇ ਕਿ ਜੇ ਅਸੀਂ ਆਪਣੇ ਆਪ ਨੂੰ ਨਹੀਂ ਖੁਸ਼ ਰੱਖ ਸਕਦੇ ਤਾਂ ਕਿਸੇ ਨੂੰ ਵੀ ਖੁਸ਼ ਰੱਖ ਸਕਦੇ ਅਗੇ ਮੈਂ ਇਧਰ ਬੜਾ ਲਾਈਕ ਸਟ੍ਰੈਸ ਦੇ ਵਿੱਚ ਰਹਿਣ ਲੱਗੀ ਕਿ ਮੇਰਾ ਕੁਝ ਬਣਦਾ ਨਹੀਂ ਹੈਗਾ ਹੱਸਦੀ ਵੀ ਨਹੀਂ ਸੀ ਹੁੰਦੀ ਕਿ ਬਟ ਬਾਅਦ ਵਿੱਚ ਮੈਂ ਥੋੜੀ ਲਾਈਕ ਮੈਡੀਟੇਸ਼ਨ ਕਰਨੀ ਸਟਾਰਟ ਕੀਤੀ ਜਾਂ ਫਿਰ ਹੋਰ ਲਾਈਕ ਵਧੀਆ ਬੁੱਕਸ ਪੜ੍ਹਨੀਆਂ ਸਟਾਰਟ ਕੀਤੀਆਂ ਵੀਡੀਓਜ਼ ਦੇਖਣੀਆਂ ਸਟਾਰਟ ਕੀਤੀਆਂ ਫਿਰ ਉਹਦੇ ਨਾਲ ਮੈਂ ਥੋੜੇ ਥੋੜੇ ਖੁਦ ਨੂੰ ਇੰਪਰੂਵਮੈਂਟ ਕੀਤਾ ਕਿ ਨਹੀਂ ਇਦਾਂ ਲਾਈਕ ਬਿਲਕੁਲ ਨਹੀਂ ਚੱਲਣੀ ਹੈਗੀ ਤੇ ਤੈਨੂੰ ਜੇ ਕੁਛ ਤੂੰ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੁੰਨੀ ਆ ਜਾਂ ਕਰਨਾ ਚਾਹੁੰਨੇ ਆ ਤਾਂ ਤੈਨੂੰ ਅੱਗੇ ਵਧਣਾ ਪੈਣਾ ਆ ਖੁਦ ਨੂੰ ਸੈਟੀਸਫਾਈ ਕਰਨਾ ਪੈਣਾ ਆ ਖੁਦ ਅੱਗੇ ਚੱਲਣਾ ਪੈਣਾ ਆ ਫੇਰ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਸਕਦੇ ਹੋ ਜੇ ਤੁਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰ ਕਰਕੇ ਉਹਨਾਂ ਦੇ ਵਿੱਚ ਹੀ ਦੁਖੀ ਹੁੰਦੇ ਰਹਿਣਾ ਆ ਤਾਂ ਫੇਰ ਉਹ ਬਿਲਕੁਲ ਨਹੀਂ ਹੁੰਦਾ ਹੈਗਾ ਇੱਕ ਜੈਲਸੀ ਫੈਕਟਰ ਬਹੁਤ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਧਰਲੇ ਰੋਕਾਂ ਦੇ ਵਿੱਚ ਜੈਲਸੀ ਫੈਕਟਰ ਬਹੁਤ ਜ਼ਿਆਦਾ ਹੈ ਜੈਲਸੀ ਲਾਈਕ ਅ ਜੈਲਸ ਬਹੁਤ ਜ਼ਿਆਦਾ ਆ ਕਿ ਕੋਈ ਵਧੀਆ ਕਰਦਾ ਆ ਜਾਂ ਨਹੀਂ ਕਰਦਾ ਉਹਨੂੰ ਦੂਸਰੇ ਇਨਸਾਨ ਦੇ ਨਾਲ ਜੈਲਸ ਬਹੁਤ ਹੋਣ ਲੱਗ ਜਾਂਦੀ ਆ ਇਹ ਲਾਈਕ ਹਰ ਇੱਕ ਦੇ ਵਿੱਚ ਆ ਇਹ ਇਦਾਂ ਨਹੀਂ ਕਹਿੰਦੀ ਕਿ ਕੋਈ ਸਪੈਸ਼ਲ ਪਰਸਨ ਆ ਵੀ ਉਹਦੇ ਵਿੱਚ ਆ ਬੜ ਨਹੀਂ ਐਦਾਂ ਦਾ ਨਹੀਂ ਹੈਗਾ ਕਿਉਂਕਿ ਇੱਥੇ ਆਪਾਂ ਸਾਰੇ ਇਨਸਾਨ ਇੱਕ ਆ ਆਪਾਂ ਇੱਥੇ ਕੰਮ ਕਰਨਾ ਆ ਆਪਾਂ ਇੰਡੀਆ ਨਾ ਪੰਜਾਬੀ ਆ ਮਿਕਸ ਹੋ ਕੇ ਰਹਿਣੇ ਆ ਤਾਂ ਜ਼ਿਆਦਾ ਵਧੀਆ ਆ ਜੇ ਹੁਣ ਆਪਾਂ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਕਰਦੇ ਜਾਵਾਂਗੇ ਫਿਰ ਉਹ ਲਾਈਕ ਨਾ ਆਪਾਂ ਖੁਸ਼ ਰਹਨੇ ਆ ਨਾ ਹੀ ਕੋਈ ਹੋਰ ਖੁਸ਼ ਰਹਿੰਦਾ ਆ ਕਿਉਂਕਿ ਜੇ ਆਪਾਂ ਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ ਤੇ ਇੱਕ ਨਾ ਇੱਕ ਦਿਨ ਤਾਂ ਰਿਜ਼ਲਟ ਮਿਲਣਾ ਹੀ ਮਿਲਣਾ ਇਹ 100% ਹੁੰਦਾ ਹੈ ਕਿ ਇਹ ਆਪਾਂ ਕਿਸੇ ਦਾ ਨੁਕਸਾਨ ਕਰਦੇ ਆ ਤਾਂ ਆਪਾਂ ਨੂੰ ਤਾਂ ਡਬਲ ਨੁਕਸਾਨ ਚੱਲਣਾ ਪੈਂਦਾ ਆ ਤਾਂ ਸੋ ਇਹ ਮੈਂ ਬਹੁਤ ਇੱਧਰ ਦੇਖਿਆ ਕੈਨੇਡਾ ਦੇ ਵਿੱਚ ਕਿ ਜਲਸ ਬਹੁਤ ਜ਼ਿਆਦਾ ਆ ਤੇ ਬਾਕੀ ਇੱਧਰ ਲਾਈਕ ਰੂਲਸ ਵਗੈਰਾ ਨੇ ਗਵਰਨਮੈਂਟ ਦੇ ਬੈਨੀਫਿਟਸ ਨੇ ਉਹ ਬਹੁਤ ਜ਼ਿਆਦਾ ਵਧੀਆ ਨੇ ਆਪਾਂ ਕੋਈ ਪੀਆਰ ਨੇ ਜਾਂ ਵਰਕ ਪਰਮਿਟ ਨੇ ਜਾਂ ਫਿਰ ਸਟੂਡੈਂਟ ਵੀ ਨੇ ਉਹਨਾਂ ਨੂੰ ਗਵਰਨਮੈਂਟ ਬਹੁਤ ਵਧੀਆ ਲਾਈਕ ਫੈਸਿਲਿਟੀਆਂ ਦਿੰਦੀ ਆ ਉਹਨਾਂ ਉਹਨਾਂ ਨੂੰ ਲਾਈਕ ਏਦਾਂ ਨਹੀਂ ਹੈਗਾ ਕਿ ਸਟੂਡੈਂਟ ਨੇ ਚਲੋ ਫੀਸਾਂ ਦੇ ਅਕੋਰਡਿੰਗਲੀ ਤਾਂ ਥੋੜਾ ਮੰਨਦੇ ਆ ਕਿ ਉਹਨਾਂ ਲਈ ਹਾਰਡ ਹੁੰਦਾ ਆ ਬਟ ਬਾਕੀ ਜਿਹੜੀ ਉਹਨਾਂ ਦੀ ਹੋਰ ਆਪਣੀ ਹੋਰ ਲਾਈਫ ਹੁੰਦੀ ਆ ਉਹ ਸਭ ਤੋਂ ਬੈਸਟ ਹੁੰਦੀ ਆ ਬਾਕੀ ਮੈਨੂੰ ਸਟੂਡੈਂਟਸ ਬਾਰੇ ਜਿੰਨਾ ਕਿ ਮੈਨੂੰ ਪਤਾ ਹੈ ਮੈਂ ਉਹਨਾਂ ਕੀ ਦੱਸ ਸਕਦੀ ਕਿਉਂਕਿ ਮੈਨੂੰ ਇਹਨਾ ਪਤਾ ਨਹੀਂ ਹੈਗਾ ਕਿਉਂਕਿ ਮੈਂ ਕਾਲਜ ਨਹੀਂ ਗਈ ਹੈਗੀ ਕੈਨੇਡਾ ਦੇ ਵਿੱਚ ਬਾਕੀ ਮੇਰੀ ਜੋ ਲਾਈਫ ਇਧਰ ਦੀ ਰਹੀ ਹੈ ਬਹੁਤ ਵਧੀਆ ਰਹੀ ਹੈ ਬਹੁਤ ਕੁਝ ਸਿਖਾਇਆ ਮੈਨੂੰ ਸ਼ਾਇਦ ਜਿੰਨਾ ਕੁਝ ਮੈਂ ਇੰਡੀਆ ਨਹੀਂ ਸਿੱਖੀ ਉਹ ਮੈਂ ਇੱਥੇ ਆ ਕੇ ਥੋੜੇ ਕੁ ਸਾਲਾਂ ਦੇ ਵਿੱਚ ਹੀ ਸਿੱਖ ਗਈ ਆ ਇਹ ਬਹੁਤ ਵਧੀਆ ਬੈਨੀਫਿਟ ਰਿਹਾ ਜ਼ਿੰਦਗੀ ਦਾ ਕਿਉਂਕਿ ਜਿੰਨਾ ਕਹਿੰਦੇ ਛੇਤੀ ਆਪਾਂ ਨੂੰ ਜਲਦੀ ਸਮਝ ਆ ਜAVE ਜ਼ਿੰਦਗੀ ਦੇ ਬਾਰੇ ਉਹਨਾਂ ਅਸੀਂ ਫਿਰ ਅੱਗੇ ਵਧਣ ਲੱਗ ਜਾਂਦੇ ਆ ਮੈਂ ਲੇਕ ਮੈਨੂੰ ਇੰਨਾ ਪਹਿਲਾਂ ਮੈਂ ਕਾਫੀ ਟਾਈਮ ਤੋਂ ਘਰ ਤੋਂ ਬਾਹਰ ਵੀ ਰਹੀ ਆ ਕਿ ਜੌਬ ਚੱਲਦੀ ਸੀ ਮੇਰੀ ਪਰ ਮੈਂ ਉਹਨਾਂ ਸ਼ਾਇਦ ਉੱਥੇ ਨਹੀਂ ਸਿੱਖੀ ਕਿਉਂਕਿ ਮੇਰੀ ਕਮਿਊਨੀਕੇਸ਼ਨ ਸਕਿੱਲਸ ਕਿਸ ਨਾਲ ਨਹੀਂ ਹੈ ਨਹੀਂ ਸੀਗੀ ਸਿਰਫ ਕੰਮ ਤੱਕ ਸੀਗਾ ਕੰਮ ਦੇ ਵਿੱਚ ਵੀ ਥੋੜੇ ਬਹੁਤ ਹੁੰਦੇ ਸੀਗੇ ਜਿਨ੍ਹਾਂ ਦੇ ਵਿੱਚ ਦੋ ਚਾਰ ਕ ਜਾਣੇ ਹੁੰਦਾ ਸੀ ਜਿਨ੍ਹਾਂ ਦੇ ਨਾਲ ਕੰਮ ਕਰਨਾ ਹੁੰਦਾ ਸੀਗਾ ਉਹਨਾਂ ਦੇ ਵਿੱਚ ਕੈਲੇਸੀ ਹੋਣੀਆਂ ਜਾਂ ਫਿਰ ਕਿਉਂਕਿ ਆਪਣੇ ਕੰਮ ਨਾਲ ਕੰਮ ਮਤਲਬ ਹੁੰਦਾ ਸੀਗਾ ਇੱਥੇ ਵੀ ਲੋਕ ਕੰਮ ਨਾਲ ਕੰਮ ਮਤਲਬ ਰੱਖਦੇ ਨੇ ਪਰ ਜਦੋਂ ਕਈ ਵਾਰ ਇੰਟਰਫੇਅਰ ਹੋਣ ਲੱਗ ਜਾਂਦੀ ਹੈ ਫਿਰ ਨੁਕਸਾਨ ਕਰਦੀ ਹੈ ਇੱਧਰ ਪਰ ਮੈਂ ਸਿਰਫ ਕਹਨੀ ਆਂ ਆਂ ਇੰਡੀਆ ਨਾਲੋਂ ਆਪਣੇ ਪੰਜਾਬ ਨਾਲੋਂ ਪੰਜਾਬ ਵਰਗੀ ਮੌਜ ਤਾਂ ਵੈਸੇ ਵੀ ਹੈ ਨਹੀਂ ਇੱਧਰ ਕਿਉਂਕਿ ਇੱਧਰ ਲਈ ਬਿਜ਼ੀ ਲਾਈਫ ਆ ਬਟ ਜੀਨੇ ਲੈਣੀ ਆ ਮੌਜੋ ਤਾਂ ਕਿਤੋਂ ਵੀ ਲੈ ਸਕਦਾ ਆ ਬਾਕੀ ਅਹ ਸੋ ਮੈਂ ਲਾਸਟ ਵਿੱਚ ਇਹ ਕਹਾਂਗੇ ਜਿਹੜੇ ਵੀ ਵਰਕ ਪਰਮੈਂਟ ਤੇ ਆਏ ਨੇ ਜਾਂ ਸਟੂਡੈਂਟ ਆਏ ਨੇ ਉਹਨਾਂ ਦੀ ਲਾਈਫ ਹੋਪਲੀ ਸਭ ਦੀ ਵਧੀਆ ਸੈਟ ਹੋਊਗੀ ਕਿਉਂਕਿ ਅਸੀਂ ਇੱਥੇ ਆਉਨੇ ਆ ਤੇ ਇੱਥੇ ਮਿਕਸ ਅਪ ਹੋ ਕੇ ਰਹੀਏ ਤੇ ਜ਼ਿਆਦਾ ਬੈਟਰ ਆ ਕਿਉਂਕਿ ਅਲੱਗ ਅਲੱਗ ਰਹਿਣਾ ਤੇ ਕਿਸੇ ਤੇ ਲਈ ਅਲੱਗ ਫੀਲਿੰਗ ਰੱਖਣੀ ਹਨਾ ਨੁਕਸਾਨ ਜੇ ਆ ਰ ਕਰਨਾ ਹਰ ਇੱਕ ਦਾ ਕਿ ਉਸ ਕਿਸੇ ਦੇ ਗੱਲ ਤੋਂ ਸੋਚਣਾ ਇਹ ਵਧੀਆ ਨਹੀਂ ਹੈਗਾ ਬਾਕੀ ਹਰ ਇੱਕ ਦੀ ਆਪਣਾ ਪਰਸਨਲ ਹੁੰਦਾ ਆ ਕਿ ਹਰ ਇੱਕ ਦੀ ਮਜਬੂਰੀ ਹੁੰਦੀ ਆ ਕਿ ਉਹ ਆਪਣੀ ਫੈਮਿਲੀ ਨੂੰ ਕਿਉਂ ਛੱਡ ਕੇ ਆਉਂਦਾ ਆ ਤੇ ਲਾਈਕ ਮੇਰੀ ਵੀ ਮਜਬੂਰੀ ਸੀ ਕਿ ਮੈਂ ਵੀ ਛੱਡ ਕੇ ਆਈ ਆਪਣੀ ਫੈਮਿਲੀ ਨੂੰ ਲਾਈਕ ਵਧੀਆ ਆ ਕਿਉਂਕਿ ਸਾਡਾ ਇਧਰ ਫਿਊਚਰ ਬਣਦਾ ਆ ਅਸੀਂ ਆਪਣੀ ਜ਼ਿੰਦਗੀ ਸੈੱਟ ਕਰ ਸਕਦੇ ਆ ਅ ਜਿਹੜੇ ਇੰਡੀਆ ਰਹਿ ਕੇ ਸਾਡੇ ਨਹੀਂ ਹੋ ਸਕਦੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿੰਨੀ ਸਿਚੁਏਸ਼ਨ ਬੈਡ ਚੱਲ ਰਹੀ ਪਈ ਆ ਕਿ ਇੰਡੀਆ ਵਾਲਿਆਂ ਦਾ ਕੁਝ ਵੀ ਨਹੀਂ ਬਣਦਾ ਖਾਸ ਕਰਕੇ ਪੰਜਾਬ ਵਾਲਿਆਂ ਦੇ ਆਪਣੇ ਆਪਣੇ ਕੁਝ ਵੀ ਨਹੀਂ ਬਣਦਾ ਹੈਗਾ ਜੋ ਕੁਝ ਵੀ ਉਹ ਵਿਚਾਰੇ ਕਰਨ ਲੱਗੇ ਹੋਏ ਨੇ ਬਹੁਤ ਹਾਰਡ ਵਰਕ ਕਰਦੇ ਨੇ ਹੈਨਾ ਅਸੀਂ ਵੀ ਕਿਸਾਨ ਆ ਸਾਨੂੰ ਫੀਲਿੰਗ ਹੁੰਦੀ ਆ ਕਿ ਹਾਂ ਉਹ ਸਾਡੇ ਲਈ ਲੜਦੇ ਨੇ ਅਸੀਂ ਇੱਥੇ ਬੈਠੇ ਆ ਬਟ ਬੈਰੀ ਬੈਡ ਡੇਸ ਚੱਲਦੇ ਪਏ ਨੇ ਜਿਹੜੇ ਆਪਣੇ ਪੰਜਾਬ ਦੇ ਕਿਸਾਨਾਂ ਦੇ ਲਈ ਚੱਲਦੇ ਨੇ ਸੋ ਮੈਂ ਤਾਂ ਇਹ ਹੀ ਕਹਾਂਗੀ ਹੋਪਲੀ ਸਭ ਸੈੱਟ ਆ ਜਾਊਗਾ ਸਭ ਕੁਝ ਵਧੀਆ ਹੋਊਗਾ ਸੋ ਮੇਰਾ ਇਹ ਛੋਟਾ ਜਿਹਾ ਬਲੌਗ ਸੀ ਹੋਪਲੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਮੇਰੀ ਲਾਈਫ ਕੈਨੇਡਾ ਦੀ ਕਿੱਦਾਂ ਦੀ ਰਹੀ ਹੈ 4 ਸਾਲਾਂ ਦੇ ਵਿੱਚ ਮੈਂ ਅੱਗੇ ਹੋਰ ਵੀਡੀਓ ਬਣਾਉਂਗੀ ਵੀ ਜਿਹਦੇ ਵਿੱਚ ਮੈਂ ਦੱਸੂਗੀ ਕਿ ਮੈਂ ਕਿਸ ਬੇਸ ਤੇ ਆਈ ਸੀ ਕਿ ਕੈਨੇਡਾ ਦੇ ਵਿੱਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਥੈਂਕ ਯੂ so much